पुले मारग जिने बताया ऐसा गुर वड पागी पाया कैमलपुर का बाजार क्योंकि प्रकरण वो लव जो साढ़े सारे वास्ते साझा हो गए सतगुरु एक तो परोपकार वो करते हैं जोड़ा कि एक नाल संबंधित होंगे एक प्रकरण वो होंगे जोड़ा सारे नाल साझा होंगे उपदेश सारे नाल साझा कैमलपुर का बाजार दुकानदार बैठे हैं अपने अपने स्थानों पर गाहक आ रहे हैं सामान ले रहे हैं वक्त सतगुरु भगवान दास जी शरीर करके ओला किया तो सतगुरु सेवा राम जी उसी वेले उन्होंने सतगुरु बालक सिंह जी के घर की सेवा संभाली 1926 कार सतगुरों का आगमन 1946 दी जिक्र 20 साल दी उन्हां दी संसारिक उम्र कैमलपुर दा बाजार बाजार विचकार दुकानदार समान वेच रहे हैं आड़ती आ गया पेमेंट दे लई एक दुकान ते जावे वो कवे अगले हफ्ते आवी चुपचाप उतर गया कोई नहीं व्यापार विचकार होंदा है एक हफ्ते नहीं अगले हफ्ते दूसरी दुकान ते जावे अगले हफ्ते आवें तीसरी दुकान ते अगले हफ्ते आवें पता पछा पूछा अभी की गल है आज सारे अगले हफ्ते लिए कह रहे हैं कहंदे सन 46 चल रही है किस वेले हुकम हो जाए सानू देश छोड़ना पवे सानू ये शहर ही छोड़ना पै जाए तो पैसे देने दे की लोड़ है दूसरे जगह जावांगे दूसरे देश जावांगे नवे सिरे सारे काम आने हैं पैसे देने दे की लोड़ है भगत श्री राम जी दुकान कैमलपुर के बाजार विचकार करियाने की उन्होंने भी मन सोच लिया जे मेरे को आड़ती आएगा मैं भी कह दांगा कि अगले हफ्ते क्योंकि सारे कह रहे हैं लेकिन उस गल नूं भुल गए जो सतगुरु भगवान दास जी ने भजन देण वेले झोली च पाई सी पर अन्न तों बचना है पर धन तों बचना है पर तन तों बचना है भुल गए लेकिन बाणी कहिंदी है ना जिहड़ा जुड़िया होवे ना वो किसी कथा ही आंदा है सतगुरु संगत से पोथी का किसी वेले किसी कारण करके कोई गुरसिख रैणिया तो अलग हो जाए तो पूरा सतगुरु फिर बांह फड़ लैंदा है सतगुरु ये काम करता है भूले मारग जिन्हें बताया ऐसा गुरवड़ पागी पाया हुण भुल गए उन्होंने मारग पाना है
ਅਤੇ ਸਤਿਗੁਰੂ ਸੇਵਾ ਰਾਮ ਜੀ ਅੱਜ ਵਿਚਰਦੇ ਵਿਚਰਦੇ ਕਹਿਮਲਪੁਰ ਦੇ ਬਾਜ਼ਾਰ 'ਚ ਆ ਗਏ। ਆ ਕੇ ਸਿੱਧਾ ਸ੍ਰੀ ਰਾਮ ਜੀ ਦੁਕਾਨ 'ਤੇ ਜਾ ਕੇ ਬਹਿ ਗਏ। ਰੋਜ਼ਾਨਾ ਭਗਤ ਸ੍ਰੀ ਰਾਮ ਜੀ ਰਾਮਾ ਜੀ ਬੜੇ ਆਦਰ ਸਤਿਕਾਰ ਕਰਨ, ਅਤੇ ਅੱਜ ਮਨ 'ਚ ਆਇਆ ਅੱਜ ਇਹ ਕਿਉਂ ਆ ਗਏ ਮੇਰੇ ਕੋਲ, ਅੱਜ ਇਹ ਕਿਉਂ ਆ ਗਏ। ਨੋਟ ਕਰਨਾ ਕਿ ਅਸੀਂ ਆਪਣੇ ਸਵਾਰਥ ਲਈ ਕਹਿ ਰਹੇ ਇਹ ਕਿਉਂ ਆ ਗਏ। ਸਤਿਗੁਰੂ ਜੀ ਦੁਕਾਨ 'ਤੇ ਆ ਗਏ ਅਤੇ ਗੁਰਸਿੱਖ ਕਹਿ ਰਹੇ ਕਿਉਂ ਆ ਗਏ, ਕਿਉਂਕਿ ਮੈਂ ਆੜਤੀ ਨੂੰ ਕਹਿਣਾ ਸੀ ਅਗਲੇ ਹਫ਼ਤੇ। ਗੱਲਾਂ ਭਰਿਆ ਪਿਆ ਪੈਸਿਆਂ ਦਾ, ਗਾਹਕ ਆਏ ਜਾ ਰਹੇ ਹਨ, ਲੇਕਿਨ ਮੈਂ ਪੈਸੇ ਨਹੀਂ ਦੇਣੇ, ਮੈਂ ਅਗਲੇ ਹਫ਼ਤੇ ਕਹਿਣਾ। ਅਤੇ ਸਤਿਗੁਰੂ ਸੇਵਾ ਰਾਮ ਜੀ 20 ਸਾਲ ਦੀ ਉਮਰ ਉਹਨਾਂ ਦੀ ਦੁਕਾਨ 'ਤੇ ਆ ਕੇ ਬਹਿ ਗਏ। ਹੁਣ ਉੱਠਦੇ ਨਹੀਂ, ਉੱਠਦੇ ਨੇ, ਆੜਤੀ ਆ ਗਿਆ। ਸਾਧ ਸੰਗਤ ਜੀ, ਇਹ ਹੁਣ ਸਾਡੇ ਲਈ ਸਤਿਗੁਰਾਂ ਨੇ ਇਹ ਗਿਆਨ ਦਿੱਤਾ, ਸਾਨੂੰ ਸਮਝਾਇਆ। ਆੜਤੀ ਆਇਆ ਦੁਕਾਨ 'ਤੇ, ਆੜਤੀ ਨੇ ਪੈਸੇ ਮੰਗੇ ਅਤੇ ਰਾਮਾ ਜੀ ਬੜਾ ਪੱਕਾ ਮਨ ਕੀਤਾ ਅਤੇ ਕਹਿਤਾ ਅਗਲੇ ਹਫ਼ਤੇ। ਅਤੇ ਸਤਿਗੁਰੂ ਸੇਵਾ ਰਾਮ ਜੀ ਆਖਣ ਲੱਗੇ ਕਿਉਂ ਸ੍ਰੀ ਰਾਮ ਜੀ, ਕਿਉਂਕਿ ਰਾਮਾ ਜੀ ਨਾਮ ਬਾਧੇ ਪਿਆ ਸੀ ਉਹਨਾਂ ਦਾ। ਕਿਉਂ ਸ੍ਰੀ ਰਾਮ ਜੀ, ਗੱਲਾਂ ਤਾਂ ਭਰਿਆ ਪਿਆ ਪੈਸਿਆਂ ਦਾ, ਪੋਲਾ ਜਾ ਕਰ। ਮਹਾਰਾਜ ਜੀ ਹਿੰਦੁਸਤਾਨ ਜਾਣਾ ਹੈ, ਕੀ ਕਰਨਾ ਪੈਸੇ ਦੇ ਕੇ। ਅਤੇ ਸਤਿਗੁਰੂ ਸੇਵਾ ਰਾਮ ਕੀ ਕਹਿੰਦੇ ਨੇ, ਰਾਮਾ ਜੀ ਸ੍ਰੀ ਰਾਮ ਜੀ ਹਿੰਦੁਸਤਾਨ ਮੂੰਹ ਕਾਲਾ ਕਰਕੇ ਜਾਣਾ, ਅਸਾਂ ਨੇ ਦੂਸਰੇ ਦੇਸ਼ ਜਾਣਾ ਮੂੰਹ ਕਾਲਾ ਕਰਕੇ ਜਾਣਾ, ਅਜੇ ਤਾਂ ਧਰਮਰਾਜ ਕੋਲ ਨਹੀਂ ਗਏ, ਇਸੇ ਤੁਹਾਨੂੰ ਇਸ ਲੋਕ ਵੀ ਸਾਡਾ ਮੂੰਹ ਕਾਲਾ ਕਿਉਂ ਹੋਵੇ। ਰਾਮਾ ਜੀ ਸ੍ਰੀ ਰਾਮ ਜੀ ਦਿਓ ਪੈਸੇ ਸਾਂ, ਆੜਤੀ ਦੁਕਾਨ ਤੋਂ ਬਾਹਰ ਚਲਾ ਗਿਆ ਸੀ। ਅਤੇ ਸਤਿਗੁਰੂ ਜੀ ਨੇ ਫਿਰ ਕਿਹਾ, ਰਾਮਾ ਜੀ ਆਵਾਜ਼ ਮਾਰੋ, ਸ੍ਰੀ ਰਾਮ ਜੀ ਉਸਨੂੰ ਬੁਲਾਓ, ਅਸਾਂ ਮੂੰਹ ਕਾਲਾ ਕਰਕੇ ਨਹੀਂ ਜਾਣਾ, ਸਾਰਾ ਮੁੱਖ ਉਜਲਾ ਹੋਵੇ। ਆੜਤੀ ਨੂੰ ਸ੍ਰੀ ਰਾਮ ਜੀ ਨੇ ਆਵਾਜ਼ ਮਾਰੀ, ਆੜਤੀ ਆਇਆ ਅਤੇ ਗੱਲੇ 'ਚੋਂ ਜੋ ਪੈਸੇ ਸਨ, ਜੋ ਇਹਦਾ ਹਿਸਾਬ ਬਣਦਾ ਸੀ ਉਸਾਂ ਦਿਲਵਾਇਆ, ਅਤੇ ਆੜਤੀ ਨੇ ਪੈਸੇ ਲਿੱਤੇ, ਅਤੇ ਇੱਥੇ ਸਤਿਗੁਰੂ ਸੇਵਾ ਰਾਮ ਜੀ ਆਪਣੀ ਜਗ੍ਹਾ ਤੋਂ ਉੱਠ ਕੇ ਬਾਹਰ ਚਲੇ ਗਏ। ਅਸਾਂ ਨੇ ਮੂੰਹ ਕਾਲਾ ਨਹੀਂ ਕਰਨਾ, ਜਿਸਦਾ ਦੇਣਾ ਹੈ ਦੇਣਾ ਹੈ। ਇਹ ਸਾ ਖਾਲੀ ਉਹਨਾਂ ਲਈ ਨਹੀਂ, ਸਾਡੇ ਸਾਰਿਆਂ ਲਈ ਗੱਲ ਸੀ। ਕਿਉਂ ਭੋਲੇ ਮਾਰਗ ਜਿਨੇ ਬਤਾਇਆ, ਭੋਲੇ ਮਾਰਗ ਜਿਨੇ ਬਤਾਇਆ, ਐਸਾ ਗੁਰ ਪੜੋ ਹਾਂ ਐਸਾ ਗੁਰ ਜੀ ਐਸਾ ਗੁਰ ਵੱਡ ਭਾਗੀ ਪਾਇਆ ਜੀ ਐਸਾ ਗੁਰ ਵੱਡ ਭਾਗੀ ਪਾਇਆ ਪਾਗੀ ਪਾਇਆ। ਸਤਿਗੁਰੂ ਜੀ ਕਿਰਪਾ ਕਰਨ, ਸਾਡੇ ਵੀ ਮੁੱਖ ਉਜਲੇ ਰਹਿਣ। ਅੱਜ ਇੱਥੋਂ ਇਹ ਪ੍ਰਤਿਗਿਆ ਕਰਨੀ ਹੈ ਸੱਚੇ ਪਾਤਸ਼ਾਹ, ਜੇ ਸਾਡੇ ਮਨ 'ਚ ਵੀ ਕਦੇ ਕੋਈ ਐਸੀ ਗੱਲ ਆ ਜਾਏ ਤਾਂ ਅਸੀਂ ਵੀ ਆਪਣੇ ਮੁੱਖ ਉਜਲੇ ਰੱਖੀਏ। ਧੰਨ ਧੰਨ ਸਤਿਗੁਰੂ ਸੇਵਾ ਰਾਮ ਸਾਹਿਬ ਆਪ ਜੀ ਸਦਾ ਹੀ ਜੈ।